ਮੇਰਾ ਨਾਮ ਗੁਰਪ੍ਰੀਤ ਸਿੰਘ ਬੱਲਣ, ਸ੍ਰੀ ਐਕਸ਼ਨ ਬਿਜਲੀਵੁੱਡ। ਮੈਂ ਆਪਣੇ ਦੋ ਕਲੀਗਸ ਦੇ ਨਾਲ ਬਠਿੰਡੇ ਤੋਂ ਚੱਲ ਕੇ ਬਾਜਾ ਕਰਨ ਆਇਆ। ਮੇਰੇ ਨਾਲ ਇੰਜੀਨੀਅਰ ਅਮਿਤ ਗੋਇਲ ਜੀ, ਇੰਜੀਨੀਅਰ ਮਨੀਸ਼ ਕੁਮਾਰ ਜੀ। ਅਸੀਂ ਤਿੰਨੇ ਬਠਿੰਡੇ ਤੋਂ ਚੱਲ ਕੇ ਸਾਈਕਲ 'ਤੇ ਇਸ ਟੂਰਨਾਮੈਂਟ ਦੇ ਵਿੱਚ ਸ਼ਾਮਿਲ ਹੋਣ ਆਏ ਹਾਂ ਅਤੇ ਲੋਕਾਂ ਨੂੰ ਇੱਕ ਜਾਗਰੂਕਤਾ ਫੈਲਾਉਣੀ ਅਸੀਂ ਚਾਹੁੰਦੇ ਹਾਂ। ਲਗਾਤਾਰ ਪਿਛਲੇ 5-6 ਸਾਲਾਂ ਤੋਂ ਅਸੀਂ ਸਾਈਕਲ ਪ੍ਰਤੀ ਲੋਕਾਂ 'ਚ ਜਾਗਰੂਕਤਾ ਫੈਲਾ ਰਹੇ ਹਾਂ ਤਾਂ ਕਿ ਜਿਹੜਾ ਆਪਣਾ ਕਲਚਰ ਹੈਗਾ, ਆਪਾਂ ਫਿਜ਼ੀਕਲੀ ਫਿੱਟ ਰਹਿਣ ਦਾ ਸਮਾਜ ਪੈਦਾ ਕੀਤਾ ਜਾ ਸਕੇ। ਕਿਉਂਕਿ ਆਪਣੇ ਲੋਕ ਲਗਾਤਾਰ ਨਸ਼ਿਆਂ ਦੇ ਅਤੇ ਵਿਦੇਸ਼ਾਂ ਦੇ ਵਿੱਚ ਸ਼ਿਕਾਰ ਹੋ ਰਹੇ ਆ, ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਆ। ਇਸ ਕਰਕੇ ਅਸੀਂ ਚਾਹੁੰਦੇ ਹਾਂ ਵੀ ਲੋਕਾਂ ਨੂੰ ਇੱਕ ਸਾਈਕਲ ਚਲਾਇਆ ਜਾਵੇ ਤਾਂ ਕਿ ਨਿੱਕੇ ਨਿੱਕੇ ਕੰਮ ਅਸੀਂ ਸਕੂਟਰ ਜਾਂ ਮੋਟਰਸਾਈਕਲ ਜਾਂ ਕਾਰਾਂ ਚੱਕ ਕੇ ਨਹੀਂ ਜਾਣਾ, ਅਸੀਂ ਸਾਈਕਲ ਚਲਾ ਕੇ ਜਾਣਾ। ਅਸੀਂ ਇਕੱਲੇ ਪਟਾਕੇ ਨਹੀਂ ਪਾਉਣੇ ਬੁਲਟਾਂ ਦੇ, ਅਸੀਂ ਸਾਈਕਲਾਂ ਦੇ ਪਟਾਕੇ ਵੀ ਪਾਉਣੇ ਆ। ਕਿਉਂਕਿ ਸਾਈਕਲ ਸਾਡੇ ਸਰੀਰ ਨਾਲ ਜੁੜਿਆ ਹੋਇਆ ਇੱਕ ਸਾਧਨ ਆ ਜਿਹਦੇ ਨਾਲ ਅਸੀਂ ਆਪਦੇ ਸਰੀਰ ਨੂੰ ਵੀ ਕਾਇਮ ਕਰ ਸਕਦੇ ਹਾਂ ਅਤੇ ਲੋਕਾਂ ਨੂੰ ਵੀ ਆਪਾਂ ਸਿਹਤ ਪ੍ਰਤੀ ਅਸੀਂ ਜਾਗਰੂਕ ਕਰ ਸਕਦੇ ਹਾਂ। ਅਤੇ ਮੈਂ ਸਾਰੇ ਨੌਜਵਾਨਾਂ ਨੂੰ, ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਇੱਕ ਫਿਜ਼ੀਕਲੀ ਫਿੱਟ ਹੋਣ ਲਈ ਸਭ ਤੋਂ ਜ਼ਰੂਰੀ ਆ ਵੀ ਤੁਸੀਂ ਹਰੇਕ ਕੰਮ ਸਾਈਕਲ 'ਤੇ ਜਾਓ। ਕਿਉਂਕਿ ਜੇ ਆਪਾਂ 5-4 ਕਿਲੋਮੀਟਰ ਜਾਣਾ ਜੇ ਅਸੀਂ ਗੱਡੀ ਚੱਕ ਲਈਏ ਜਾਂ ਮੋਟਰਸਾਈਕਲ ਚੱਕ ਲਈਏ, ਉਹ ਇੱਕ ਤਾਂ ਤੇਲ ਦੀ ਵੇਸਟਿੰਗ ਤਾਂ ਅਸੀਂ ਕਰਦੇ ਹਾਂ ਅਤੇ ਉਸ ਤੋਂ ਇਲਾਵਾ ਅਸੀਂ ਆਪਦੇ ਸਰੀਰ ਦੇ ਅਤੇ ਆਪਦੇ ਹੈਲਥ ਦੇ ਪ੍ਰਤੀ ਵੀ ਵਫਾਦਾਰ ਨਹੀਂ ਰਹਿੰਦੇ। ਇਸ ਕਰਕੇ ਅਸੀਂ ਬਿਮਾਰੀਆਂ ਦੇ ਸ਼ਿਕਾਰ 'ਚ ਆ ਰਹੇ ਹਾਂ ਅਤੇ ਸਾਰਿਆਂ ਨੂੰ ਅਪੀਲ ਆ ਵੀ ਪੰਜਾਬ ਨੂੰ ਜਿਉਂਦਾ ਅਤੇ ਹਰਿਆ ਭਰਿਆ ਰੱਖਣ ਲਈ ਜ਼ਰੂਰੀ ਆ ਵੀ ਅਸੀਂ ਆਪਦੀ ਸਿਹਤ ਪ੍ਰਤੀ ਜਾਗਰੂਕ ਹੋਈਏ। ਬਹੁਤ ਬਹੁਤ ਧੰਨਵਾਦ ਸਰ।